ਅੱਜ ਜਦੋਂ ਖਹਿਰਾ ਸਾਹਿਬ ਦੇ ਘਰ ਸਵੇਰੇ 6 ਵਜੇ ਪੁਲਿਸ ਨੇ ਰੇਡ ਕੀਤਾ ਅਤੇ ਮੈਨੂੰ ਉਹ ਦਿਨ ਯਾਦ ਆ ਰਿਹਾ ਸੀ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਤੇ ਸਰਦਾਰ ਬਿਕਰਮ ਸਿੰਘ ਮਜੀਠਾ ਨੂੰ ਇਸੇ ਤਰੀਕੇ ਡਰੱਗਸ ਦੇ ਝੂਠੇ ਕੇਸ ਦੇ ਵਿੱਚ ਫਸਾ ਕੇ ਅਤੇ ਅਰੈਸਟ ਕੀਤਾ ਗਿਆ ਸੀ ਔਰ 7 ਮਹੀਨੇ ਬਿਨਾਂ ਕਿਸੇ ਕਸੂਰ ਦੇ ਜੋ ਸੰਤਾਪ ਉਹਨੇ ਜੇਲ੍ਹ ਦੇ ਵਿੱਚ ਹੰਡਾਇਆ ਉਹ ਵੰਡੈਟਾ ਪੋਲੀਟਿਕਸ ਦਾ ਹਿੱਸਾ ਸੀ ਉਹਦੇ ਪਰਿਵਾਰ ਦੇ ਨਾਲ ਕੀ ਬੀਤੀ ਮਾਤਾ ਪਿਤਾ ਨਾਲ ਕੀ ਬੀਤੀ ਬੱਚੇ ਨਾਲ ਕੀ ਬੀਤੀ ਅਸੀਂ ਸਾਰੀ ਗੱਲ ਦੇ ਗਵਾਹ ਉਦੋਂ ਵੀ ਅਸੀਂ ਕਿਹਾ ਸੀ ਕਿ ਇਸ ਪੱਧਰ ਦੀ ਨੀਵੇਂ ਪੱਧਰ ਦੀ ਵੰਡੈਟਾ ਪੋਲੀਟਿਕਸ ਨਹੀਂ ਹੋਣੀ ਚਾਹੀਦੀ ਅਤੇ ਅੱਜ ਹੁਣ ਕਾਂਗਰਸ ਪਾਰਟੀ ਨੂੰ ਸੁਖਪਾਲ ਸਿੰਘ ਖਹਿਰਾ ਨੂੰ ਫੇਸ ਕਰਨੀ ਪੈ ਰਹੀ ਹੈ ਕਿ 2015 ਦਾ ਕੇਸ ਜਿਹਦੇ 'ਤੇ ਸੰਮਨ ਸੁਪਰੀਮ ਕੋਰਟ ਕੁਐਸ਼ ਕਰ ਚੁੱਕੀ ਹੈ ਉਹਦੇ 'ਚ 6 ਵਜੇ ਘਰੋਂ ਸਿਟਿੰਗ MLA ਨੂੰ ਇਸ ਤਰੀਕੇ ਫੜਿਆ ਜਾ ਰਿਹਾ ਅਤੇ ਤੁਸੀਂ ਦੱਸੋ ਆਮ ਬੰਦਿਆਂ ਦਾ ਕੀ ਹਾਲ ਹੁੰਦਾ ਹੋਊਗਾ ਆਮ ਲੋਕਾਂ ਨਾਲ ਜਿਹੜਾ ਧੱਕਾ ਹੁੰਦਾ ਕੱਲ੍ਹ ਮੁਕਤਸਰ ਸਾਹਿਬ ਦੇ ਵਿੱਚ ਇੱਕ ਵਕੀਲ ਨਾਲ ਜੋ ਧੱਕਾ ਹੋਇਆ ਉਹ ਤੁਹਾਡੇ ਸਾਹਮਣੇ ਹੈ ਹੁਣ ਐਕਸ਼ਨ ਲਿਆ ਗਿਆ ਕੁਛ ਅਫਸਰਾਂ ਦੇ ਖਿਲਾਫ਼